ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਧਾ ਦੇ ਤਾਂ ਤੂੰ ਸੋਹਿਆ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜਿਹਦੇ ਦਰਸ਼ਨ ਇਸ਼ਨਾਨ ਲਈ ਹਰ ਸਿੱਖ ਦੁਨੀਆ ਦੇ ਕੋਨੇ ਚ ਵਸਦਾ ਨਿੱਤ ਅਰਦਾਸ ਕਰਦਾ। ਉਹਦੀ ਅਰਦਾਸ ਦੇ ਬੋਲ ਹੁੰਦੇ ਆ ਸਤਿਗੁਰਾਂ ਦੇ ਦਰ ਦੇ ਦਰਸ਼ਨ ਇਸ਼ਨਾਨ। ਇਸ ਦਰ ਵਰਗਾ ਦੁਨੀਆ ਤੇ ਕੋਈ ਦਰ ਨਹੀਂ। ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣ ਵਾਸਤੇ ਆਏ ਹਾਂ। ਸੱਚਖੰਡ ਸ੍ਰੀ ਦਰਬਾਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਏ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਏ ਹਾਂ। ਸ਼ਹੀਦਾਂ ਦੇ ਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਔਰ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਥਾਨ ਤੇ ਗੁਰਦੁਆਰਾ ਖੜਾ ਸਾਹਿਬ, ਸਾਰੇ ਗੁਰਸਥਾਨਾਂ ਤੇ ਨਤਮਸਤਕ ਹੋਣਾ ਕੀਤਾ, ਗੁਰੂ ਦੇ ਦਰਸ਼ਨ ਦਿਦਾਰੇ ਕੀਤੇ ਆ। ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਇਸ ਦਰ ਤੇ ਦਰਸ਼ਨ ਕਰਨ ਆਈਦਾ। ਅੱਜ ਮੇਰੇ ਨਾਲ ਜਗਮਾਲ ਵਾਲੀ ਅਸਥਾਨ ਦੇ ਮੌਜੂਦਾ ਮੁਖੀ, ਜਿਹਨਾਂ ਨੂੰ ਸੰਤ ਵਕੀਲ ਬਹਾਦਰ ਚੰਦ ਜੀ ਤੋਂ ਬਾਅਦ ਅਸਥਾਨ ਦੀ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ, ਉਹ ਵੀ ਅੱਜ ਨਤਮਸਤਕ ਹੋਣ ਆਪਣੇ ਸਾਥੀਆਂ ਸਮੇਤ ਆਏ ਆ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਅਰਦਾਸ ਸਰਬੱਤ ਦੇ ਭਲੇ ਦੀ, ਕਿਉਂਕਿ ਇਹ ਦਰ ਆ ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜਿੱਥੇ ਰੋਜ਼ਾਨਾ ਦੁਨੀਆ ਦੇ ਕੋਨੇ ਕੋਨੇ ਚ ਆਵਾਜ਼ ਜਾਂਦੀ, ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਤੋ ਸਤਿਗੁਰ ਦੇ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ, ਦਰਸ਼ਨ ਕੀਤੇ ਆ, ਔਰ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਕਦੇ ਨਹੀਂ ਆਇਆ ਅੱਜ ਮੇਰੇ ਨਾਲ ਉਹ ਵੀ ਆਏ ਆ ਜਿਹੜੇ ਕਦੇ ਨਹੀਂ ਸੀ ਆਏ। ਬਹੁਤ ਸਾਰੇ ਸ਼ਰਧਾਲੂ ਜਿਹੜੇ ਆ, ਭਾਵੇਂ ਕਿ ਬਾਬਾ ਵਰਿੰਦਰ ਸਿੰਘ ਤਾਂ ਪਹਿਲਾਂ ਵੀ ਕਈ ਵਾਰ ਆਏ, ਦਰਸ਼ਨ ਕੀਤੇ, ਇਹਨਾਂ ਤੋਂ ਪਹਿਲੇ ਜਿਹੜੇ ਸੀ ਬਾਬਾ ਵਕੀਲ ਸਾਹਿਬ ਉਹ ਵੀ ਕਈ ਵਾਰ ਦਰਸ਼ਨ ਕਰਕੇ ਗਏ। ਤਾਂ ਕੋਸ਼ਿਸ਼ ਰਹਿੰਦੀ ਹੈ ਕਿਉਂਕਿ ਸਥਾਨ ਜਗਮਾਲ ਵਾਲੀ ਦੇ ਜਿਹੜੇ ਸ਼ਰਧਾਲੂ ਆ ਉਹ ਬਾੜਮੇਰ ਦੇ ਵਿੱਚੋਂ, ਰਾਜਸਥਾਨ ਚੋਂ, ਹਰਿਆਣਵੀ ਜਿਹੜੇ ਬਹੁਤ ਸਾਰੇ ਸ਼ਰਧਾਲੂ ਗੈਰ ਸਿੱਖ ਜਿਹੜੇ ਕਦੇ ਦਰਬਾਰ ਸਾਹਿਬ ਨਹੀਂ ਆਏ। ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਿੱਖਾਂ ਚ ਤਾਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਗੁਰਬਾਣੀ ਦਾ, ਗੁਰਮਤ ਦਾ, ਜਿਹੜੇ ਗੈਰ ਸਿੱਖ ਕਦੇ ਨਹੀਂ ਆਏ ਉਹਨਾਂ ਨੂੰ ਗੁਰੂ ਦੇ ਦਰ ਨਾਲ ਜੋੜਿਆ ਜਾਵੇ ਤੇ ਦਰਸ਼ਨ ਕਰਨ ਆਉਣ, ਗੁਰੂ ਦੇ ਦਰ ਤੋਂ, ਗੁਰੂ ਦੇ ਇਤਿਹਾਸ ਤੋਂ, ਗੁਰੂ ਦੀ ਬਾਣੀ ਤੋਂ ਜਾਣੂ ਹੋਣ। ਅੱਜ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਇਸ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ, ਔਰ ਬਾਬਾ ਵਰਿੰਦਰ ਸਿੰਘ ਜੀ ਆਪਣੇ ਸਾਥ ਨੇ ਦਰਸ਼ਨ ਕਰਨਾ। ਇਹ ਸਾਡਾ ਜਿਹੜਾ ਦਰਸ਼ਨ ਕਰਨੇ ਤਾਂ ਹਮੇਸ਼ਾ ਹੀ ਦੇਖੋ ਜਿਹੜੀਆਂ ਗੱਲਾਂ ਸਾਡੇ ਵੀਰ ਆ ਕੋਈ ਹੋਰ ਥੋੜੀ ਆ, ਪਰ ਜਦੋਂ ਬੈਠ ਕੇ ਗੱਲਬਾਤ ਹੁੰਦੀ ਫਿਰ ਸਮਝ ਆਉਂਦੀ ਆ ਵੀ ਕੀ ਗੱਲਬਾਤ ਆ ਕੀ ਨਹੀਂ ਆ। ਬਹੁਤ ਸਾਰੇ ਤਾਂ ਇਸ ਕਰਕੇ ਕਿੰਤੂ ਪਰੰਤੂ ਕਰ ਰਹੇ ਕਿ ਡੇਰਾ ਸਿਰਸਾ ਗੁਰਮੀਤ ਰਾਮ ਰਹੀਮ ਦਾ ਮੁਖੀ ਥਾਪਤਾ ਅਗਲਾ, ਕਿਉਂਕਿ ਬਹੁਤ ਸਾਰੇ ਟੀਵੀ ਚੈਨਲਾਂ ਨੇ ਲਾਏ ਡੇਰਾ ਸਰਸਾ ਚ ਪਹੁੰਚੇ ਦਾਦੂ ਵਾਲ, ਡੇਰਾ ਸਰਸਾ ਦਾ ਰਾਮ ਰਹੀਮ ਤੋਂ ਅਗਲਾ ਮੁਖੀ ਥਾਪਤਾ, ਜਦੋਂ ਕਿ ਜਗਮਾਲ ਵਾਲੀ ਸਥਾਨ ਉਹਦੇ ਨਾਲੋਂ ਵੱਖਰਾ ਵਾ, ਡੇਰੇ ਸਰਸੇ ਨਾਲ ਉਹਦਾ ਕੋਈ ਕੰਸਰਨ ਨਹੀਂ ਹੈ। ਔਰ ਜਿਸ ਤਰ੍ਹਾਂ ਮੇਰੇ ਨਾਲ ਡੇਰਾ ਸਰਸਾ ਧੱਕੇਸ਼ਾਹੀ ਕਰਦਾ ਰਿਹਾ, ਜੇਲ੍ਹਾਂ ਮੁਕੱਦਮੇ ਬਾਦਲਾਂ ਦੀ ਸ਼ਹਿ ਤੇ ਉਹ ਪਾਉਂਦੇ ਰਹੇ, ਇਸੇ ਤਰ੍ਹਾਂ ਇਹ ਡੇਰਾ ਵੀ ਇਸ ਧੱਕੇਸ਼ਾਹੀ ਦਾ ਸ਼ਿਕਾਰ ਰਿਹਾ। ਮੈਨੇਜਰ ਸਾਹਿਬ, ਵਕੀਲ ਸਾਹਿਬ, ਹਮੇਸ਼ਾ ਜਿਹੜਾ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸੀ ਇਹਨਾਂ ਨਾਲ ਵੀ ਧੱਕੇਸ਼ਾਹੀ ਕਰਦਾ ਰਿਹਾ, ਇਹਨਾਂ ਦੇ ਸੇਵਕਾਂ ਦਾ ਨੁਕਸਾਨ ਵੀ ਕੀਤਾ ਉਸ ਇਲਾਕੇ 'ਚ, ਸਰਸੇ ਇਲਾਕੇ 'ਚ ਸਭ ਨੂੰ ਪਤਾ। ਮੇਰਾ ਸਥਾਨ ਸਿਰਸੇ ਜ਼ਿਲ੍ਹੇ ਦੇ ਵਿੱਚ ਆ, ਮੇਰੇ ਗੁਆਂਢ ਆ, 10-15 ਮਿੰਟ ਦਾ ਰਾਹ ਆ। ਤਾਂ ਇਹ ਗੁਰੂ ਦੇ ਦਰ ਦੇ ਨਾਲ ਇੱਥੇ ਆ ਕੇ ਨਤਮਸਤਕ ਹੋਇਆ, ਮੇਰੀ ਵੀ ਕੋਸ਼ਿਸ਼ ਰਹਿੰਦੀ ਆ, ਮੇਰੀ ਵੀ ਇਹੀ ਕਿ ਕੋਈ ਚੰਗਾ ਆਦਮੀ ਜਿਹੜਾ ਸੰਸਥਾ ਨੂੰ ਚਲਾਵੇ, ਸਥਾਨ ਨੂੰ ਚਲਾਵੇ, ਗੁਰਮੀਤ ਰਾਮ ਰਹੀ ਮਰਗਾ ਨਾ ਬਹਿ ਜੇ ਕੋਈ। ਪਹਿਲਾਂ 20 ਸਾਲ ਉਹਦੇ ਨਾਲ ਲੜਦੇ ਰਹੇ ਆ ਜੇਲ੍ਹਾਂ ਮੁਕੱਦਮੇ, ਫਿਰ ਕੋਈ ਰਾਮ ਰਹੀ ਮਰਗਾ ਬੈਠ ਜੇ ਤੇ ਫਿਰ 20 ਸਾਲ ਉਹਦੇ ਨਾਲ ਲੜਦੇ ਰਹੋ। ਇਸ ਕਾਰਨ ਕਰਕੇ ਭਾਈਚਾਰਾ, ਪਿਆਰ, ਇਤਫਾਕ, ਸਾਂਝ ਆ। ਭਾਰਤ ਵਿੱਚ ਬਹੁਤ ਸਾਰੇ ਡੇਰੇ ਆ ਗੈਰ ਸਿੱਖ, ਜਿਹੜਿਆਂ ਦੀ ਆਪੋ ਆਪਣੀਆਂ ਪਰੰਪਰਾਵਾਂ ਨੇ, ਮਰਿਆਦਾਵਾਂ ਨੇ,
ਪਰ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣਾ, ਇਹ ਸਭ ਦਾ ਹੱਕ, ਸਭ ਨੂੰ ਇੱਥੇ ਆਉਣਾ। ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ, ਜਿਹੜੇ ਵੀਰਾਂ ਨੂੰ ਮੈਂ ਹਰੇਕ ਨੂੰ ਬੇਨਤੀ ਕਰਦਾ, ਜਿੱਥੇ ਮਰਜ਼ੀ ਬੈਠ ਕੇ ਉਹ ਵਿਚਾਰ ਚਰਚਾ ਕਰਨ, ਗੱਲ ਨੂੰ ਸਮਝਣ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹਾਂ ਮੈਂ, ਸਿੱਖ ਪ੍ਰਚਾਰਕ ਹਾਂ, ਪੰਜ ਪਿਆਰੀ ਮਰਜ਼ਾਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ। ਪਰ ਸਭ ਨੂੰ ਪਿਆਰ ਦੇ ਕਲਾਵੇ ਵਿੱਚ ਲੈਣਾ, ਸਭ ਨਾਲ ਭਾਈਚਾਰਾ, ਪਿਆਰ, ਇਤਫਾਕ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਿਆਈ, ਇਹ ਗੁਰੂ ਦਾ ਸਿਧਾਂਤ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸੇਵਕ ਸਿੱਖ ਹਨ ਤੇ ਮਹਾਰਾਜ ਤੋਂ ਬਹਾਦਰ ਸ਼ਾਹ ਦੇ ਗਏ ਸੀਗੇ ਦਰਬਾਰ ਦੇ ਵਿੱਚ, ਉਹਨਾਂ ਨੇ ਇਨਵਾਈਟ ਕੀਤਾ ਸੀ, ਨਿਮੰਤਰਣ ਦਿੱਤਾ, ਸਤਿਗੁਰ ਨੇ ਚਰਨ ਪਾਏ ਤੇ ਉੱਥੇ ਵੀ ਕਈ ਕੱਟੜ ਮੌਲਵੀ ਮਿਲਾਣੇ, ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਤੇ ਬਹਾਦਰ ਸਾਹਿਬ ਦਾ ਮਿਲਾਪ ਨਹੀਂ ਸੀ ਚੰਗਾ ਲੱਗਾ, ਉਹਨਾਂ ਨੇ ਕਈ ਸਵਾਲ ਜਵਾਬ ਕੀਤੇ ਸੀ। ਤਾਂ ਗੁਰੂ ਸਾਹਿਬ ਨੂੰ ਤੁਹਾਡਾ ਧਰਮ ਨੀਵਾਂ ਕਿ ਤੁਹਾਡਾ ਧਰਮ ਉੱਚਾ, ਇਸਲਾਮ ਵੱਡਾ ਕਿ ਤੁਹਾਡਾ ਧਰਮ, ਤਾਂ ਗੁਰੂ ਸਾਹਿਬ ਨੇ ਕਿਹਾ ਤੁਮਕੋ ਤੁਮਾਰਾ ਖੂਹ, ਹਮਕੋ ਹਮਾਰਾ ਖੂਹ। ਤੋ ਹਰੇਕ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਾਦੀ, ਦੇਖੋ ਗੁਰੂ ਸਾਹਿਬ ਤਾਂ ਜਨੇਊ ਪਾਉਂਦੇ ਨਹੀਂ ਸੀ, ਪਰ ਜਨੇਊ ਤੇ ਜਦੋਂ ਜਬਰ ਜ਼ੁਲਮ ਹੋ ਰਿਹਾ ਸੀਗਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਦਿੱਲੀ 'ਚ ਬਲੀਦਾਨ ਦਿੱਤਾ। ਇਹਨਾਂ ਨਾਲ ਵੀ ਬੇਇਨਸਾਫੀ ਧੱਕੇ ਸ਼ਾਹੀ ਹੋਈ, ਮੈਂ ਇਹਨਾਂ ਦੇ ਨਾਲ ਖੜਾ, ਜਿਸ ਤਰ੍ਹਾਂ ਮੇਰੇ ਨਾਲ ਬੇਇਨਸਾਫੀ ਧੱਕੇ ਸ਼ਾਹੀ, ਮੇਰਾ ਪੰਥ, ਮੇਰੀ ਕੌਮ, ਸੰਗਤਾਂ ਮੇਰੇ ਨਾਲ ਖੜੀਆਂ। ਸੋ ਇਸ ਕਾਰਨ ਕਰਕੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਉਹ ਜਦੋਂ ਮਰਜ਼ੀ ਬੈਠ ਕੇ ਗੱਲਬਾਤ ਕਰ ਸਕਦੇ। ਤਾਂ ਹੁਣ ਗੁਰੂ ਸਾਹਿਬ ਜਾਣਦੇ ਆ, ਗੁਰੂ ਸਾਹਿਬ ਜਾਣੀ ਜਾਣ ਕਿ ਅਸੀਂ ਤਾਂ ਉਹਨਾਂ ਨੂੰ ਲੈ ਗੁਰੂ ਦੇ ਦਰ ਤੇ ਆਏ ਹਾਂ, ਜੇ ਤਾਂ ਅਸੀਂ ਸਿੱਖਾਂ ਨੂੰ ਡੇਰਿਆਂ ਦੇ ਜਾਣ ਦਾ ਪ੍ਰਚਾਰ ਕਰੀਏ ਫਿਰ ਤਾਂ ਹੁੰਦਾ, ਕਿ ਜਿਹੜੇ ਡੇਰਿਆਂ ਤੇ ਜਾਂਦੇ ਆ ਉਹਨਾਂ ਨੂੰ ਗੁਰੂ ਦੀ ਸਿੱਖੀ ਨਾਲ ਜੋੜ ਰਹੇ ਹਾਂ। ਡੇਰਾ ਬਿਆਸ ਨੂੰ ਕੀ ਗੁਰੂ ਦੇ ਦਰ ਤੇ ਆਏ, ਨਤਮਸਤਕ ਹੋਏ, ਉਹਨਾਂ ਦੇ ਪੈਰੋਕਾਰ ਵੀ ਆਉਣ ਲੱਗੇ, ਦੇਸ਼ ਵਿਦੇਸ਼ 'ਚ ਮੈਨੂੰ ਮਿਲਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਿਆਨ ਦਾ ਚਾਨਣ ਉਹਨਾਂ ਨੂੰ ਪ੍ਰਾਪਤ ਹੋਇਆ, ਕਿ ਗੁਰਬਾਣੀ 'ਚ ਜਗ ਮੈਂ ਚਾਨਣ, ਗੁਰੂ ਗ੍ਰੰਥ ਸਾਹਿਬ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਦੰਡੀ ਪੰਥ ਦਾ ਮੁਖੀ ਸੀ, ਜਦੋਂ ਉਹਨੇ ਗੁਰਬਾਣੀ ਪੜ੍ਹੀ, ਇਤਿਹਾਸ ਪੜ੍ਹਿਆ, ਤਾਂ ਗੁਰੂ ਦੇ ਦਰ ਨਾਲ ਜੁੜਿਆ ਤੇ ਉਹਨੇ ਕਿਤਾਬ ਲਿਖੀ, ਸ਼੍ਰੋਮਣੀ ਕਮੇਟੀ ਵੱਲੋਂ ਛਪੀ ਮਿਲ ਜਾਂਦੀ ਆ ਕਿ ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ, ਔਰ ਉਹ ਵੀ ਗੁਰੂ ਦੇ ਦਰ ਨਾਲ। ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਸਿੱਖੀ 'ਚ ਸਿੱਖੀ ਦਾ ਪ੍ਰਚਾਰ ਕਰਨਾ ਸਿੱਖਾਂ 'ਚ, ਤੇ ਗੈਰ ਸਿੱਖ ਜਿਹੜੇ ਕਦੇ ਸਿੱਖੀ ਬਾਰੇ, ਇਤਿਹਾਸ ਬਾਰੇ, ਬਾਣੀ ਬਾਰੇ ਨਹੀਂ ਜਾਣਦੇ, ਉਹਨਾਂ ਨੂੰ ਬਾਣੀ ਨਾਲ ਜੋੜਨਾ। ਇਹਨਾਂ ਨਾਲ ਵੀ ਘੰਟਿਆਂ ਬੱਧੀ ਸਾਡੀ ਬਾਣੀ ਬਾਰੇ ਵਿਚਾਰ ਚਰਚਾ। ਪਹਿਲਾਂ ਵਕੀਲ ਸਾਹਿਬ ਸੀ, ਉਹ ਕਦੇ ਦਾਦੂ ਸਾਹਿਬ ਆ ਜਾਂਦੇ, ਕਦੇ ਮੈਂ ਉਹਨਾਂ ਕੋਲੇ ਜਾ ਕੇ, ਮੇਰੇ ਕੋਲ ਦੇਸ਼ ਵਿਦੇਸ਼ 'ਚੋਂ ਵਿਦਵਾਨ ਆਏ, ਉਹਨਾਂ ਨੂੰ ਵੀ ਮੈਂ ਉਹਨਾਂ ਨਾਲ ਸਿਟਿੰਗ ਕਰਾ ਕੇ ਗੁਰਬਾਣੀ ਦੀ ਮਹੱਤਤਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ, ਔਰ ਇਹਨਾਂ ਨੇ ਵੀ ਆਪਣਾ ਜਿਹੜੇ ਹੈਗੇ ਆ ਸੌਂਗ, ਕਿਉਂਕਿ ਸੂਫੀ ਗਾਉਂਦੇ ਵੀ ਸੀ, ਔਰ ਇਹਨਾਂ ਨੇ ਸ਼ਮਸ਼ੇਰ ਲਹਿਰੀ ਦੇ ਨਾਲ ਇਹਨਾਂ ਨੇ ਵੀ ਸੌਂਗ ਜਿਹੜੇ 10 ਗੁਰੂਆਂ ਦੀ ਮਹਿਮਾ 'ਚ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੇ ਅੰਦਰ, ਜਿਹੜੇ ਕਿ ਬਕਾਇਦਾ ਯੂਟਿਊਬ ਤੇ ਪਏ ਹੋਏ ਸੁਣ ਸਕਦੇ ਆ। ਜਿੰਨਾ ਚਿਰ ਕਿਸੇ ਬਾਰੇ ਜਾਣਕਾਰੀ ਨਾ ਹੋਵੇ, ਉਹਨਾਂ ਚਿਰ ਮੀਡੀਆ 'ਚ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ, ਪਰ ਜਦੋਂ ਇਹ ਸਾਰੀ ਗੱਲਬਾਤ ਦਾ ਪਤਾ ਲੱਗੂ, ਫਿਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਮੈਂ ਸਮਝਦਾ ਵੈਰ ਨਹੀਂ ਰਹੇਗਾ। ਗੁਰੂ ਸਾਹਿਬ ਨੇ ਕਿਹਾ ਸਭ ਨਾਲ ਯਾਰੀ, ਸਭ ਨਾਲ ਮਿੱਤਰਤਾ ਰੱਖੋ, ਉਸ ਮਿੱਤਰਤਾ ਨੇ ਮਨੁੱਖਤਾ ਦਾ ਨੁਕਸਾਨ ਹੋਣੋਂ ਬਚਾਇਆ। ਅੱਜ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਆ, ਡੇਰਾ ਬਿਆਸ ਦੀ ਚਾਰ ਦੁਆਰੀ ਦੇ ਅੰਦਰ, ਮਿੱਤਰਤਾ ਸਿੱਖੀ ਨੂੰ ਖੋਰਾ ਲਾਉਂਦੀ ਹੋਵੇ, ਕੀ ਲੱਗਦੀ ਉਸ ਨਾਲ ਮਿੱਤਰਤਾ ਕਰਨੀ ਚਾਹੀਦੀ? ਡੇਰਾ ਬਿਆਸ ਦੇ ਅੰਦਰ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ, ਸਿੱਖੀ ਨੂੰ ਖੋਰਾ ਲਾਉਣਾ। ਅੱਜ ਡੇਰਾ ਬਿਆਸ ਦੇ ਹਜ਼ਾਰਾਂ ਨਹੀਂ ਲੱਖਾਂ ਪੈਰੋਕਾਰ ਉਹ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਆ, ਉਹਨਾਂ ਦੇ ਆਨੰਦ ਕਾਰਜ 15-20 ਹਜ਼ਾਰ ਤਾਂ ਉਹਨਾਂ ਦੇ ਪੈਰੋਕਾਰ ਉੱਥੇ ਹੀ ਰਹਿੰਦੇ ਆ ਜਿਹੜੇ ਪੱਕੇ ਤੌਰ ਤੇ, ਤੇ ਹਜ਼ਾਰਾਂ ਲੱਖਾਂ ਆਉਂਦੇ ਆ, ਉਹ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੇ, ਤੇ ਉਹਨਾਂ ਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 2 ਗ੍ਰੰਥੀ ਸਿੰਘ ਅੰਮ੍ਰਿਤਧਾਰੀ ਉੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ, ਤੇ ਇਹ ਤਾਂ ਗੁਰੂ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ। ਹੁਣ ਇਸ ਜਾਰੀ ਮਿੱਤਰਤਾ ਦੇ ਵਿੱਚ ਟਕਰਾਅ ਟਲਿਆ, ਜਿਹੜੀ ਮਨੁੱਖਤਾ ਦਾ ਨੁਕਸਾਨ ਹੋਣਾ ਉਹ ਬਚਿਆ, ਔਰ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਕਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਉਹ ਦੱਸਦੇ, ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਨੇ ਵੀ ਉੱਥੇ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ, ਕਿ ਅੱਜ ਕਿੰਨੀ ਮਰਿਆਦਾ ਨਾਲ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਵਾ।
ਉਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ। ਸਾਡਾ ਹਮੇਸ਼ਾ ਹੀ ਇਹ ਮਿਸ਼ਨ ਰਹਿੰਦਾ ਕਿ ਅਸੀਂ ਤਾਂ ਗੁਰੂ ਸਾਹਿਬ ਦੀ ਬਾਣੀ ਦਾ ਵਚਨ ਵੀ ਆ ਕਿ ਜੋੜ ਨਿਹਾਰੋ ਸੰਤ ਨਾਨਕ ਪਾਤਰ ਪਧਰੋ, ਅਸੀਂ ਸੰਤ ਤਾਂ ਨਹੀਂ, ਸੰਤਾਂ ਦੇ ਚਰਨਾਂ ਦੀ ਧੂੜ ਵੀ ਨਹੀਂ, ਸੰਤਾਂ ਦੀ ਸੰਗਤ ਕੀਤੀ ਆ, ਤਾਂ ਇਹ ਕੋਸ਼ਿਸ਼ ਰਹਿੰਦੀ ਆ ਕਿ ਗੁਰੂ ਘਰ ਦੇ ਨਾਲ ਜੋੜਨਾ, ਅਕਾਲ ਪੁਰਖ ਵਾਹਿਗੁਰੂ ਨਾਲ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਦੇਖੋ ਇਹੀ ਡੇਰੇ ਦੇ ਨਾਲ ਜਿਹੜਾ ਉਹਨਾਂ ਨੇ ਵੀ ਧੱਕੇਸ਼ਾਹੀ ਬੇਇਨਸਾਫੀ ਕੀਤੀ, ਬਹੁਤ ਸਾਰੇ ਹੋਰ ਵੀ ਕਈ ਡੇਰੇ ਆ, ਉਦਾਸੀ ਨਿਰਮਲੇ ਮਹਾਤਮਾ ਨਾਥ ਨੇ ਮੇਰੇ ਨਾਲ ਬੜਾ ਪਿਆਰ ਸਤਿਕਾਰ, ਕਈਆਂ ਦੇ ਨਾਲ ਗੁਰਬਾਣੀ ਤੇ ਖੂਬ ਚਰਚਾ ਹੁੰਦੀ ਹੈ, ਜਿਵੇਂ ਗੁਰੂ ਸਾਹਿਬ ਹਰ ਕੀ ਪੌੜੀ ਹਰਿਦੁਆਰ ਗਏ, ਪੰਡਤਾਂ ਨਾਲ ਚਰਚਾ ਹੋਈ, ਕਰਮਕਾਂਡ ਨੂੰ ਕੰਡੈਮ ਕਰਕੇ ਗਿਆਨ ਦਾ ਚਾਨਣ ਵੰਡਿਆ, ਅਸੀਂ ਗੁਰੂ ਦੇ ਸਿੱਖ ਆ, ਉਹ ਬਗਦਾਦ ਗਏ, ਮੁਲਤਾਨ ਗਏ, ਮੱਕਾ ਮਦੀਨਾ ਗਏ, ਉਹਨਾਂ ਨੇ ਆਪਣੀ ਗੁਰੂ ਦੀ ਗੱਲ ਰੱਖੀ, ਅਸੀਂ ਕਿਸੇ ਡੇਰੇ ਚ ਜਾਈਏ, ਕਿਸੇ ਸਾਧੂ ਸੰਤ ਨਾਲ ਬੈਠੀਏ, ਕਿਸੇ ਗੈਰ ਸਿੱਖਣਾ ਹੀ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਹਾਂ, ਗੁਰਮਤ ਦੀ ਗੱਲ ਕਰਦੇ ਹਾਂ, ਗੁਰੂ ਦੇ ਸਿਧਾਂਤ ਦੀ ਗੱਲ, ਗੁਰੂ ਦੇ ਮਰਿਆਦਾ ਦੀ। ਬਾਬਾ ਵਰਿੰਦਰ ਸਿੰਘ ਤੁਹਾਡੇ ਕੋਲ ਖੜੇ, ਇਹਨਾਂ ਨੂੰ ਪੁੱਛੋ ਕਿੰਨਾ ਘੰਟਿਆਂ ਬੱਧੀ, ਅੱਜ ਆਉਂਦਿਆਂ ਆਉਂਦਿਆਂ ਇਹਨਾਂ ਦੇ ਟੈਲੀਫੋਨ ਤੇ ਕਈ ਗੁਰਬਾਣੀ ਦੇ ਐਪ ਜਿਹੜੇ ਸੀ ਉਹ ਡਾਊਨਲੋਡ ਕਰਾਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਆਖਿਆਕਾਰਾਂ ਦੇ, ਆਪਣਾ ਗਿਆਨੀ ਸਾਹਿਬ ਸਿੰਘ ਦਾ ਸਟੀਕ, ਫਿਰ ਫਰੀਦਕੋਟੀ ਸਟੀਕ, ਫਿਰ ਡਾਕਟਰ ਮਨਮੋਹਨ ਸਿੰਘ ਵਾਲਾ, ਤੇ ਉਹ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੁੜਨ, ਗੁਰਮਤ ਦੇ ਨਾਲ ਹੁਣ ਇਹਨਾਂ ਦੇ ਨਾਲ ਜਿਹੜੇ ਲੋਕ ਇਹਨਾਂ ਕੋਲ ਆਉਂਦੇ ਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ, ਗੁਰਮਤ ਬਾਰੇ ਦੱਸਣਾ, ਅਕਾਲ ਪੁਰਖ ਬਾਰੇ। ਤੇ ਪਿਛਲੇ ਸਮੇਂ ਜਿੱਥੇ ਮਰਿਆਦਾ ਲਾਗੂ ਨਹੀਂ, ਉੱਥੋਂ ਅਸੀਂ ਸਰੂਪ ਲੈ ਕੇ ਵੀ ਆਏ, 550 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਸੀਂ ਅਖਰ ਦਮਦਮਾ ਸਾਹਿਬ ਸੁਭਾਇਮਾਨ ਕੀਤੇ, ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ, ਜਿੱਥੇ ਮਰਿਆਦਾ ਨਹੀਂ ਸੀ, ਸਨਮਾਨ ਨਹੀਂ ਸੀਗਾ, ਤੇ ਜਿੱਥੇ ਮਿਤ ਮਰਿਆਦਾ ਮਾਣ ਸਨਮਾਨ ਗੁਰੂ ਦੀ ਪਰੰਪਰਾ ਮਰਿਆਦਾ ਅਨੁਸਾਰ ਚੱਲੂ, ਉੱਥੇ ਬਿਲਕੁਲ ਸੁਭਾਇਮਾਨ ਹੋਣਾ ਚਾਹੀਦਾ, ਉੱਥੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ। ਨਹੀਂ ਇਹ ਮੈਨੂੰ ਲੱਗਦਾ ਵੀ ਇਹ ਪੁੱਛਣ ਵਾਲਾ ਕੁਐਸਚਨ ਨਹੀਂ, ਇੱਥੇ ਤੇ ਆ ਕੇ ਗੁਰੂ ਰਾਮਦਾਸ ਜੀ ਦਾ ਦੁਆਰ ਹੈ, ਗੁਰੂ ਨਾਨਕ ਸਾਹਿਬ ਜੀ ਦਾ ਦੁਆਰ ਹੈ, ਇੱਥੇ ਤਾਂ ਪੁੱਛਣ ਦੀ ਗੱਲ ਹੀ ਹੈ ਨਹੀਂ ਵੀ ਕਿੱਦਾਂ ਦਾ ਲੱਗ ਰਿਹਾ ਹੈ, ਤਾਂ ਬਾਹਰ ਇੱਥੇ ਆ ਕੇ ਕੁਛ ਹੋਰ ਫੀਲ ਹੁੰਦਾ, ਬਾਹਰ ਜਾ ਕੇ ਕੁਛ ਹੋਰ ਫੀਲ ਹੁੰਦਾ, ਇਹ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ, ਇੱਥੇ ਆ ਕੇ ਜਿਹੜਾ ਸਕੂਨ ਮਿਲਦਾ ਹੈ ਉਹ ਤਾਂ ਕਿਤੇ ਬਾਹਰ ਹੈ ਹੀ ਨਹੀਂ। ਬਾਬਾ ਜੀ 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 ਕੁਛ ਕਹਿਣਾ ਚਾਹੋਗੇ? ਇਹਨਾਂ ਨੇ ਸਾਰਾ ਕੁਛ ਦੱਸਤਾ ਸਾਰਿਆਂ ਬਾਰੇ, ਸਾਰੇ ਇੱਕੋ ਹੀ ਹੈ ਮੈਨੂੰ ਲੱਗਦਾ, ਜਾਣਕਾਰੀ ਮਿਲੀ ਕੁਛ ਇਤਿਹਾਸ ਨਾਲ ਸਾਂਝਾ ਪਈਆਂ ਕਿ ਹਾਂ ਹਾਂ ਬਿਲਕੁਲ 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 ਹਾਂ, ਪਿੱਛੇ ਆਪਾਂ ਦਸੋਂ ਪਾਤਸ਼ਾਹੀਆਂ ਦੇ ਸ਼ਬਦ ਵੀ ਗਾਏ ਸੀਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸ਼ਬਦ ਗਾਇਆ ਸੀ, ਦਿਨ ਦਾ ਇਹ ਸਹਾਰਾ ਮੈਨੂੰ ਪਲ ਪਲ ਜੋ, ਮੁਸ਼ਕਿਲ ਮੇਰੀ ਦਾ ਕਰਦਾ ਇਹ ਹੱਲ ਜੋ, ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਗ੍ਰੰਥ ਸਾਹਿਬ।